रब्बी नूर साहिब गुरु नानक जी दे प्यार विच बैठे सतसंगी जनों, वाहिगुरु जी का खालसा, वाहिगुरु जी की फतेह। जदों भाई करोड़ी या भाई करोड़ चंद करोड़ी चंद जी इस तरह उन्होंने वापर गुरु नानक जी वाले पासे चलते ने, अखां वेखना बंद कर दिया ने, वापस होंदे ने, दिखाई देना शुरू होंदे। ये नाल तुरे जांदियां दी भी समझ विच नहीं आ रहे की हो रहा है। भाई दोदा जी उन्हां दी घरवाली ये सारा जो श्रद्धा वाले ने, प्यार वाले ने, गुरु भरोसे वाले ने, गुरु तो वरसाए हुए ने, तक रहे ने, ये की हो रहा है वो समझ जाते ने। सियाने ने भाई दोदा जी तो उन्हां दी सपत्नी हुण इह जाणदे ने कि हाकम है ते हाकम वधेरे करके निर्दयी हुंदे ने। हाकमां कोल ते अपनी किस्म दा हंकार हुंदा है ते हाकम है पर वरतारा इहदे नाल वापर रहे है ते गुरु शब्द तो वरसाई हुई, ज्ञान तो वरसाई हुई, शब्द नाल जागियां हुई सुरतां दे वारस भाई दोदा जी ते उन्हां दी सपत्नी बड़ी बेबाकी दे नाल एक शब्द बोलदी है। उठ रही कांग नाल टकरा के अपनी जिंदगी दा सुख लभना ये अकलमंदी नहीं है। उन्हें बोल जड़े ने वेखण लई आम बंदे दे लई सधारण जो दिखाई देणगे पर इह शब्द जदों इह जिहड़े करोड़ी चंद जी इन्हां दे कन्नां च पैंदे ने इह शब्द अंदर जा के इन्हां दे कन्नां धुंतणी कंबणी छेड़दे ने। इस कौन कह रहे है शब्द, कितों आ रही आवाज, कौन आख रहे है? ते सामने भाई दोदा जी की घर वाली इस पत्नी है ते जदों ने इतना महसूस किया इन्हां बोलां दी गहराई नूं वेखण दा जतन किया तब गया अंदर हिल गया। एक गल ते कोई इलहाम वर्गी है, ये तो कोई बहुत वड्डा पैगाम है। एक गल होने दी समझ विच पई भाई दोदा जी दे घरों बीबी सपत्नी जिहड़ी इन्हां दी ने जिहन दोदो राणी जी करके लिखिया मिलदा है ये अगे वधदी है। ये अवस्था देख के होर इसनूं समझ ते ज्ञान देण दा पुकार करदी की पिया करदा है, किधर नूं छड़िया जा रहे हैं। ਉਹ ਤਾਂ ਵਰਸਾਉਣ ਵਾਲਿਆਂ ਦਾ ਕੇਂਦਰ ਹੈ, ਜੀਵਨ ਦੇਣ ਵਾਲਿਆਂ ਦਾ ਕੇਂਦਰ ਹੈ, ਗਿਆਨ ਵੰਡਣ ਵਾਲਿਆਂ ਦਾ ਕੇਂਦਰ ਹੈ। ਹੁਣ ਜਦੋਂ ਇਹਨਾਂ ਦੇ ਬੋਲੇ ਬੋਲ ਇਹਦੇ ਕੰਨਾਂ 'ਚ ਪੈਂਦੇ ਨੇ ਇਹਨੂੰ ਆਪਣੀ ਭੁੱਲ ਦਾ ਜਾਂ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਪਰ ਨਾਲ ਦੇ ਨਾਲ ਇਹਦੇ ਮਨ ਦੇ ਵਿੱਚ ਗੁਰੂ ਨਾਨਕ ਜੀ ਪ੍ਰਤੀ
ਇਹ ਲੋਕ ਪਿਆਰ ਪੈਦਾ ਕਰਨ ਦੇ ਲਈ ਬਹੁਤ ਪਿਆਰੇ ਜਿਹੇ ਸ਼ਬਦ ਕਹਿੰਦੇ ਨੇ। ਇਹ ਸੱਚ ਨੂੰ ਸਵੀਕਾਰ ਕਰਕੇ ਗੁਰੂ ਨਾਨਕ ਰੱਬ ਜੀ ਦਾ ਨੂਰ ਨੇ। ਗੁਰੂ ਨਾਨਕ ਜੀ ਪਾਸ ਰੱਬ ਜੀ ਦੀ ਗਿਆਨ ਜੋਤ ਹੈ, ਗਿਆਨ ਦੀ ਦਾਤ ਹੈ। ਉਹ ਤਾਂ ਸੰਸਾਰ ਨੂੰ ਉਤਾਰਨ ਲਈ, ਦੁਨੀਆਂ ਦੇ ਲੋਕਾਂ ਦਾ ਪਾਰ ਉਤਾਰਾ ਕਰਨ ਲਈ, ਦੁਨੀਆਂ ਦੇ ਲੋਕਾਂ ਨੂੰ ਗਿਆਨ ਦੇ ਰਸਤੇ 'ਤੇ ਪਾਉਣ ਲਈ, ਵੱਡੇ ਪਰਉਪਕਾਰ ਕਰਦੇ ਕਰਨ ਲਈ ਇੱਧਰ ਨੂੰ ਆਏ ਨੇ। ਉਹਨਾਂ ਨੇ ਇੱਥੇ ਆਪਣਾ ਟਿਕਾਣਾ ਬਣਾਇਆ। ਮਨ ਦੇ ਅੰਦਰ ਸ਼ਰਧਾ ਲੈ ਕੇ ਆ, ਭਰੋਸਾ ਲੈ ਕੇ ਆ, ਯਕੀਨ ਲੈ ਕੇ ਆ। ਹੁਣ ਇਹਨਾਂ ਬੋਲਾਂ ਨੇ ਇਹਦੇ ਅੰਦਰ ਗੁਰੂ ਨਾਨਕ ਜੀ ਦੇ ਪ੍ਰਤੀ ਵਿਸ਼ਵਾਸ ਪੈਦਾ ਕਰਤਾ, ਭਰੋਸਾ ਪੈਦਾ ਕਰ ਦਿੱਤਾ, ਜਗਿਆਸੂਪਨ ਪੈਦਾ ਕਰ ਦਿੱਤਾ। ਹੁਣ ਆਪਣੇ ਅੰਦਰ ਅਦਭੁਤ ਧਾਰਨ ਕਰਕੇ, ਭੈ ਅੰਦਰ ਵਸਾ ਕੇ, ਪਿਆਰ ਦੇ ਨਾਲ, ਚੇਤਨਾ ਭਾਵ ਦੇ ਨਾਲ, ਸਾਰਾ ਕੁਝ ਬਖਸ਼ਿਸ਼ਾਂ ਨੂੰ ਸਮੇਟਣ ਦੇ ਲਈ, ਅੰਦਰ ਵਰਸਾਉਣ ਟਿਕਾਉਣ ਦੇ ਲਈ, ਗੁਰੂ ਨਾਨਕ ਜੀ ਨੂੰ ਜਾਣਨ ਦੇ ਲਈ ਅੱਗੇ ਵੱਧ। ਪਰ ਅਜੇ ਵੀ ਆਪਣੀ ਘੋੜੀ 'ਤੇ ਚੜਿਆ ਜਾ ਰਿਹਾ। ਥੋੜ੍ਹਾ ਜਿਹਾ ਅੱਗੇ ਜਾ ਕੇ ਫਿਰ ਉਸ ਤਰ੍ਹਾਂ ਹੁੰਦਾ ਤਾਂ ਫਿਰ ਭਾਈ ਦੁਰਦਾ ਜੀ ਅਤੇ ਉਹਨਾਂ ਦੇ ਘਰੋਂ ਸਵਾਣੀ ਜਿਹੜੀ ਇਹਨੂੰ ਸਮਝਾਵਾਂ ਨਹੀਂ ਦਿੰਦੀ। ਆਪਣੇ ਅੰਦਰ ਨਿਮਰਤਾ ਲੈ ਕੇ ਆ, ਵੱਡਾਪਨ ਤਿਆਗ, ਘੋੜੀਆਂ 'ਤੇ ਚੜ ਕੇ ਜਾਣਾ ਇਹ ਨੀਵੇਂਪਨ ਦੀ ਨਿਸ਼ਾਨੀ ਨਹੀਂ। ਛੱਡ ਮਨ ਅੰਦਰ ਭਾਉ ਲਿਵਸਾ, ਭਾਉ ਵਿਸਾ, ਗਿਆਨ ਨੂੰ ਅੰਦਰ ਟਿਕਾ, ਅਤੇ ਧੰਨ ਗੁਰੂ ਨਾਨਕ ਜੀ ਦਾ ਦੀਦਾਰ ਕਰਨ ਦੇ ਲਈ ਅੱਗੇ ਵੱਧ। ਇਹਨੇ ਘੋੜੀ ਨੂੰ ਛੱਡ ਦਿੱਤਾ, ਪੈਦਲ ਹੋ ਗਏ ਗੁਰੂ ਨਾਨਕ ਜੀ ਦੇ ਦੀਦਾਰ ਪਾਉਣ ਲਈ, ਦਰਸ਼ਨ ਕਰਨ ਲਈ, ਉਹਨਾਂ ਕੋਲ ਜ਼ਿੰਦਗੀ ਦੇ ਰਸਤਾ ਲੈਣ ਦੇ ਲਈ। ਹੁਣ ਕੋਈ ਉਠਾਉਣ ਵਾਲੀ ਬਿਰਤੀ ਅੰਦਰੋਂ ਨਹੀਂ ਰਹੀ ਕਿ ਮੈਂ ਉਠਾਉਣਾ ਹੈ। ਉੱਥੇ ਬੇਸਮਝੀ ਸੀ, ਉੱਥੇ ਬਿਨਾਂ ਜਾਣਕਾਰੀ ਤੋਂ ਸੀ। ਹੁਣ ਤਾਂ ਗੁਰੂ ਨਾਨਕ ਦੇ ਤਪ ਦੀ, ਉਹਨਾਂ ਦੇ ਤੇਜ ਦੀ, ਉਹਨਾਂ ਦੇ ਪ੍ਰਭਾਵ ਦਾ ਜਿਹੜਾ ਅਸਰ ਇਹਨਾਂ ਦੀ ਉੱਤੇ ਆ ਕੇ ਬੋਲ ਪਿਆ, ਅੰਦਰ ਵਸ ਗਿਆ। ਹੁਣ ਇਹ ਪੂਰੇ ਜਗਿਆਸੂ ਬਿਰਤੀ ਦੇ ਨਾਲ, ਪਿਆਰ ਵਾਲੀ ਬਿਰਤੀ ਨਾਲ, ਵਿਸ਼ਵਾਸ ਵਾਲੀ ਬਿਰਤੀ ਦੇ ਨਾਲ ਆਪਣੇ ਅੰਦਰ ਧੰਨ ਗੁਰੂ ਨਾਨਕ ਜੀ ਨੂੰ ਤਸਵਰ ਕਰਦੇ ਹਾਂ, ਉਹਨਾਂ ਦੇ ਪਰਪਕਾਰਾਂ ਨੂੰ ਤਸਵਰ ਕਰਦੇ ਹਾਂ, ਉਹਨਾਂ ਦੇ ਜਗਿਆਸੂ ਪੰਨ ਦੇ ਵੱਡੇ ਸਿੱਧਾਂ ਦੇਣ ਵਾਲੇ ਬਚਨ ਨੂੰ ਆਪਾਂ ਧਿਆਨ ਵਿੱਚ ਰੱਖ ਲਈਏ, ਤਾਂ ਇਹ ਭਰੀ ਹੋਈ ਭਾਵਨਾ ਦੇ ਨਾਲ ਇਹ ਅੱਗੇ ਨੂੰ ਚੱਲਦਾ। ਹੁਣ ਜਿੱਦ ਪਾਸੇ ਜਾ ਰਹੇ ਉਹ ਧੰਨ ਗੁਰੂ ਨਾਨਕ ਜੀ ਨੇ ਜਿਹੜੇ ਜਾਣਦੇ ਨੇ, ਸਮਝਦੇ ਨੇ ਕਿ ਵਾਕਿਆ ਇਸ ਬੰਦੇ ਅੰਦਰ ਕਿੱਡਾ ਵੱਡਾ ਪਰਿਵਰਤਨ ਆਇਆ, ਤਬਦੀਲੀ ਆਈ ਹੈ, ਬਦਲਿਆ ਹੋਇਆ ਮਨੁੱਖ। ਹੁਣ ਜਦੋਂ ਅੱਗੇ ਵੱਧ ਰਹੇ ਗੁਰੂ ਨਾਨਕ ਜੀ ਵਾਲੇ ਪਾਸੇ, ਮਨ ਵਿੱਚ ਕਪਟ ਨਹੀਂ ਹੈ, ਮਨ ਵਿੱਚ ਆਪਣੇ ਵੱਡੇ ਹੋਣ ਦਾ ਹੰਕਾਰ ਵੀ ਨਹੀਂ। ਹੁਣ ਮਨ ਦੇ ਅੰਦਰ ਕੇਵਲ ਨਿਮਰਤਾ ਆ ਗਈ, ਨਿਰਮਾਣਤਾ ਆ ਗਈ, ਸਮਰਪਣ ਆ ਗਿਆ, ਗੁਰੂ ਅੱਗੇ ਆਪਣਾ ਆਪਾ ਰੱਖਣ ਵਾਲੀ ਧਾਰਨਾ, ਜੁਗਤ ਦਾ ਜਨਮ ਹੋ ਗਿਆ। ਹੁਣ ਅਸੀਂ ਭਾਵਨਾ ਲੈ ਕੇ ਅੱਗੇ ਵੱਧਦਾ ਅਤੇ ਜਾ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪਾਵਨ ਪਿੱਤਰ ਚਰਨ ਕਮਲਾਂ 'ਤੇ ਆਪਣਾ ਮਸਤਕ ਰੱਖ ਦਿੰਦੇ। ਹੁਣ ਇੱਥੇ ਮਸਤਕ ਰੱਖਦੇ ਹਾਂ, ਇਹਦੇ ਅੰਦਰ ਵੱਡਾ ਪਰਿਵਰਤਨ ਆਉਂਦਾ, ਤਬਦੀਲੀ ਆਉਂਦੀ, ਇਹਦੇ ਇਤਨਾ ਜਾਪਦਾ ਜਿਵੇਂ ਸਿਰ ਦੇ ਅੰਦਰ ਇਹਦੇ ਕਿਤੇ ਨਾ ਕਿਤੇ ਕੋਈ ਚੀਜ਼ ਕੜਖ ਕਰਦੀ ਹੈ। ਕੋਈ ਚੀਜ਼ ਇਹਨੂੰ ਕੜਖ ਕਰਦੀ ਹੈ, ਭੱਜ ਹੁੰਦੀ ਹੈ, ਟੁੱਟ ਹੁੰਦੀ ਹੈ, ਤਾਂ ਇਹ
अपने अंदर एक नवा जिहा रस, नवा जिहा सरूर, नवा जिहा अपने अंदर हुलारा गुरदेव सच्चे पातशाह दे ज्ञान आभा दे खेत्र विच जा के, संग दे खेत्र विच जा के मानन दा जतन कर। गुरदेव दे चरणा ते रखिया हुए सिर, उहदे अंदर कोई जिहड़ा रस सुर गुरदेव जी नज़र विचों पै रहे है, वह अपने आपे विच बड़ा दुर्लभ इहनूं दिखाई देंदा है। एक एड्डी वड्डी तब्दीली इहदे च आएगी, किवें अगे आ के हो गुरु नानक जी का संगीत साथी बनेगा, ये विचार आप साखी के अगले पड़ाव से श्रवण करते। यानी सेवा प्रवान करनी, भुला माफ करनी है। वाहिगुरु जी का खालसा।